ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਮਨਦੀਪ ਜੋਤ ਸਿੰਘ। ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇੱਕ ਚਿੰਤਾਜਨਕ ਵਿਸ਼ਾ। ਦੱਸ ਦਈਏ ਕਿ ਇੱਕ ਸਰਕਾਰ ਨੇ 200 ਹਾਥੀਆਂ ਨੂੰ ਮਾਰਨ ਦਾ ਫੈਸਲਾ ਲਿਆ ਤੇ ਉਸ ਤੋਂ ਬਾਅਦ ਉਹ 200 ਹਾਥੀ ਕਿਉਂ ਮਾਰਨੇ ਨੇ? ਕਿਉਂਕਿ ਉਸ ਦੇਸ਼ ਦੇ ਵਿੱਚ ਇੰਨੀ ਭੁੱਖਮਰੀ ਹੋਈ ਪਈ ਹੈ, ਇੰਨੀ ਜ਼ਿਆਦਾ ਭੁੱਖਮਰੀ ਹੋਈ ਪਈ ਹੈ ਕਿ ਜਿਹਦੇ ਕਰਕੇ ਲੋਕ ਜਿਹੜੇ ਹੈ ਰੋ ਰਹੇ ਨੇ, ਤੁਰਲਾ ਰਹੇ ਨੇ ਅਤੇ ਲੋਕਾਂ ਨੂੰ ਖਾਣ ਨੂੰ ਕੁਝ ਨਹੀਂ ਮਿਲ ਰਿਹਾ ਅਤੇ ਲੋਕਾਂ ਨੂੰ ਰਜਾਇਆ ਜਾਊਗਾ ਇਹਨਾਂ 200 ਹਾਥੀਆਂ ਦੇ ਮੀਟ ਦੇ ਨਾਲ। 4 ਜ਼ਿਲ੍ਹਿਆਂ 'ਚ 200 ਹਾਥੀ ਮਾਰ ਕੇ ਅਲੱਗ ਅਲੱਗ ਸਮੁਦਾਇਆਂ 'ਚ ਜਿਹੜਾ ਇਹਨਾਂ ਦਾ ਮੀਟ ਹੈ ਉਹ ਵੰਡਿਆ ਜਾਏਗਾ। ਤੁਹਾਨੂੰ ਦੱਸ ਦਈਏ ਕਿ ਜ਼ਿੰਬਾਬਵੇ ਤੋਂ ਖਬਰ ਸਾਹਮਣੇ ਆ ਰਹੀ ਹੈ। ਜ਼ਿੰਬਾਬਵੇ ਦੇਸ਼ ਵੈਸੇ ਵੀ ਬਹੁਤ ਗਰੀਬ ਦੇਸ਼ ਹੈ ਇੱਕ, ਅਤੇ ਉੱਥੇ ਪਿਛਲੇ 40 ਸਾਲਾਂ ਦੇ ਵਿੱਚ ਪਹਿਲੀ ਵਾਰ ਇਹੋ ਜਿਹੇ ਹਾਲਾਤ ਬਣ ਗਏ ਨੇ, ਸੋਕੇ ਨੇ ਇਹੋ ਜਿਹੇ ਹਾਲਾਤ ਬਣਾਤੇ ਨੇ, ਕੁਦਰਤੀ ਮਾਰ ਇਹੋ ਜਿਹੀ ਪਈ ਹੈ ਜਿਹਦੇ ਕਰਕੇ ਲੋਕ ਉੱਥੋਂ ਦੇ ਤਰਾਹ ਉੱਠੇ ਨੇ ਅਤੇ ਲੋਕ ਰੋ ਰਹੇ ਨੇ, ਚੀਕਾਂ ਮਾਰ ਰਹੇ ਨੇ ਕਿਉਂਕਿ ਲੋਕਾਂ ਨੂੰ ਕੁਝ ਖਾਣ ਨੂੰ ਨਹੀਂ ਮਿਲ ਰਿਹਾ। ਸੋਕਾ ਇੰਨਾ ਜ਼ਿਆਦਾ ਆਇਆ ਪਿਆ ਦੇਸ਼ ਦੇ ਵਿੱਚ ਜਿੱਥੇ ਲੋਕਾਂ ਦੀ ਜਿਹੜਾ ਜਿਉਣਾ ਦੁੱਭਰ ਹੋਇਆ ਪਿਆ ਅਤੇ ਲੋਕ ਕੁਝ ਖਾ ਨਹੀਂ ਰਹੇ ਕਿਉਂਕਿ ਖਾਣ ਨੂੰ ਕੁਝ ਹੈ ਹੀ ਨਹੀਂ ਉੱਥੇ। ਨਾ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਜ਼ਿੰਬਾਬਵੇ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ, ਬਹੁਤ ਵੱਡਾ ਫੈਸਲਾ ਲਿਆ। ਜ਼ਿੰਬਾਬਵੇ ਸਰਕਾਰ ਹੁਣ 200 ਹਾਥੀਆਂ ਨੂੰ ਮਾਰਨ ਜਾ ਰਹੀ ਹੈ। 4 ਜ਼ਿਲ੍ਹਿਆਂ ਦੇ ਵਿੱਚ 200 ਹਾਥੀ ਮਾਰੇ ਜਾਣਗੇ ਅਤੇ ਉਸ ਤੋਂ ਬਾਅਦ ਉਹਨਾਂ ਦਾ ਮੀਟ ਅਲੱਗ ਅਲੱਗ ਸਮੁਦਾਇਆਂ ਦੇ ਵਿੱਚ ਵੰਡਿਆ ਜਾਏਗਾ। ਤੁਹਾਨੂੰ ਦੱਸ ਦਈਏ ਕਿ ਜ਼ਿੰਬਾਬਵੇ ਦੇ ਵਿੱਚ ਕੀ ਹੈ, ਜ਼ਿੰਬਾਬਵੇ ਦੇ ਵਿੱਚ ਪਿਛਲੇ 40 ਸਾਲਾਂ ਦੇ ਦੌਰਾਨ ਜਿਹੜਾ ਇੱਕ ਇਹੋ ਜਿਹਾ ਮੌਕਾ ਆ ਗਿਆ, ਇਹੋ ਜਿਹੀ ਤਰਾਸਦੀ ਉੱਥੇ ਆ ਗਈ ਹੈ ਕਿ ਸੋਕੇ ਨਾਲ ਦੇਸ਼ ਦਾ ਬੁਰਾ ਹਾਲ ਹੋਇਆ ਪਿਆ। ਸੋਕਾ ਆਇਆ ਪਿਆ ਕਿਉਂਕਿ ਕੁਦਰਤੀ ਮਾਰ ਪਈ ਹੈ। ਕੁਦਰਤੀ ਮਾਰ ਕਿਵੇਂ ਪਈ ਹੈ ਇਸ ਦੇ ਬਾਰੇ ਤੁਹਾਨੂੰ ਸਾਰੀ ਡਿਟੇਲ ਸਮਝਾਵਾਂਗੇ, ਤੁਸੀਂ ਨਾਲ ਜੁੜੇ ਜ਼ਰੂਰ ਰਹੋ ਕਿਉਂਕਿ ਖਬਰ ਬਹੁਤ ਅਹਿਮੀਅਤ ਰੱਖਦੀ ਹੈ। ਜੇ ਮਨੁੱਖ ਨਾ ਸੁਧਰਿਆ, ਜੇ ਅਸੀਂ ਆਪਣੇ ਆਪ ਨੂੰ ਨਾ ਸੁਧਾਰਿਆ, ਅਸੀਂ ਲਾਲਚੀ ਨਾ ਹੋਏ ਤਾਂ ਸਾਨੂੰ ਜਿਹੜਾ ਅਜਿਹਾ ਚੀਜ਼ਾਂ ਜਿਹੜੀਆਂ ਨੇ ਅੱਗੇ ਭੁਗਤਣੀਆਂ ਪੈ ਸਕਦੀਆਂ। ਦੇਖੋ ਕਿਵੇਂ ਇੱਥੇ 200 ਹਾਥੀਆਂ ਨੂੰ ਮਾਰ ਕੇ ਲੋਕਾਂ ਨੂੰ ਰਜਾਉਣ ਦੀ ਤਿਆਰੀ ਹੋ ਗਈ ਹੈ। 4 ਜ਼ਿਲ੍ਹਿਆਂ ਦੇ ਵਿੱਚ 200 ਹਾਥੀ ਮਾਰੇ ਜਾਣਗੇ, ਉਸ ਤੋਂ ਬਾਅਦ ਲੋਕਾਂ ਦੀ ਭੁੱਖਮਰੀ ਦੂਰ ਕੀਤੀ ਜਾਏਗੀ। ਜ਼ਿੰਬਾਬਵੇ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜ਼ਿੰਬਾਬਵੇ ਦੇ ਵਿੱਚ 6.8 ਕਰੋੜ ਲੋਕ ਜਿਹੜੇ ਹੈ, 7 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉੱਤੇ ਉਹ ਭੁੱਖਮਰੀ ਦਾ ਸ਼ਿਕਾਰ ਨੇ। ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲ ਰਿਹਾ, ਦਾਣਾ ਵੀ ਨਹੀਂ ਉੱਗ ਰਿਹਾ ਕਿਉਂਕਿ ਸੋਕਾ ਇੰਨਾ ਜ਼ਿਆਦਾ ਆਇਆ ਪਿਆ ਹੈਗਾ। ਤਾਂ ਤੁਹਾਨੂੰ ਦੱਸ ਦਈਏ ਕਿ ਸੋਕੇ ਦੇ ਕਾਰਨ ਸਾਰਾ ਕੁਝ ਵਾਪਰਿਆ ਅਤੇ ਹੁਣ ਸਰਕਾਰ ਨੇ ਸੋਚਿਆ ਕਿ ਲੋਕਾਂ ਨੂੰ ਕਿਵੇਂ ਰਜਾਈਏ। ਲੋਕ ਤਾਂ ਦਿਨ ਪ੍ਰਤੀ ਦਿਨ ਮਰਦੇ ਜਾ ਰਹੇ, ਡੇਲੀ ਰੋਜ਼ਾਨਾ ਉੱਤੇ ਮੌਤਾਂ ਹੋ ਰਹੀਆਂ। ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਭੁੱਖਮਰੀ ਦੇ ਨਾਲ ਜੂਝ ਰਹੇ ਜ਼ਿੰਬਾਬਵੇ ਦੇਸ਼ ਦੇ ਵਿੱਚ ਇੱਕ ਵੱਡਾ ਫੈਸਲਾ ਸਰਕਾਰ ਨੇ ਲਿਆ ਹੈਗਾ। 83 ਦੱਸ ਦਈਏ ਕਿ ਪਿਛਲੇ ਮਹੀਨੇ ਜਿਹੜਾ ਨਾਮੀਬੀਆ 'ਚ ਵੀ ਪਹਿਲਾਂ ਅਜੇ ਹਾਲਾਤ ਬਣੇ ਸੀ, ਅਫਰੀਕੀ ਦੇਸ਼ਾਂ ਦੇ ਵਿੱਚ ਅਜੇ ਹਾਲਾਤ ਬਣ ਜਾਂਦੇ ਨੇ, ਉੱਥੇ ਵੀ 83 ਹਾਥੀਆਂ ਨੂੰ ਵੱਢਿਆ ਗਿਆ ਅਤੇ ਫਿਰ ਮੀਟ ਜਿਹੜਾ ਲੋਕਾਂ ਦੇ ਵਿੱਚ ਵੰਡਿਆ ਗਿਆ ਤਾਂ ਕਿ ਲੋਕ ਜਿਹੜੇ ਹੈ ਉਹ ਜਿਉਂਦੇ ਰਹਿ ਸਕਣ। ਇਨਸਾਨੀਅਤ ਜਿਹੜੀ ਹੈ ਕਿਤੇ ਨਾ ਕਿਤੇ ਜੇ ਪ੍ਰੈਕਟੀਕਲੀ ਸੋਚਦੇ ਨੇ ਲੋਕ, ਕਿਉਂਕਿ ਜ਼ਿੰਬਾਬਵੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹਾਥੀ ਜਿਹੜੇ ਨੇ ਅਫਰੀਕਨ ਏਰੀਏ ਦੇ ਵਿੱਚ ਹਾਥੀ ਸਭ ਤੋਂ ਜ਼ਿਆਦਾ ਪਾਏ ਜਾਂਦੇ ਹੁੰਦੇ ਹੈ, ਉਸੇ ਤਰ੍ਹਾਂ ਜ਼ਿੰਬਾਬਵੇ ਦੇ ਵਿੱਚ ਹਾਥੀਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਤਾਂ ਪੂਰੇ ਦੁਨੀਆ ਦੇ ਵਿੱਚ ਜ਼ਿੰਬਾਬਵੇ ਦੂਜੇ ਨੰਬਰ 'ਤੇ ਦੇਸ਼ ਆਉਂਦਾ ਜਿੱਥੇ ਹਾਥੀ ਜਿਹੜੇ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਅਤੇ ਜ਼ਿੰਬਾਬਵੇ ਦੇ ਕੋਲ 5,000 ਕਰੋੜ ਦੀ ਕੀਮਤ ਦੇ ਹਾਥੀ ਦੇ ਦੰਦ ਮੌਜੂਦ ਨੇ। ਜਾਣੀ ਕਿ ਹਾਥੀ ਦੇ ਦੰਦ ਬਹੁਤ ਜ਼ਿਆਦਾ ਮਹਿੰਗੇ ਵਿਕਦੇ ਆ, ਤੁਹਾਨੂੰ ਪਤਾ ਹੋਊਗਾ ਲੋਕ ਜਿਹੜੇ ਨੇ
ਕਈ ਗਲਾਂ ਦੇ ਵਿੱਚ ਵੀ ਪਾ ਲੈਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵਰਤਦੇ ਆ, ਦਵਾਈਆਂ ਵੀ ਬਹੁਤ ਬਣਦੀਆਂ ਇਹਨਾਂ ਤੋਂ। ਤਾਂ 5,000 ਕਰੋੜ ਦੀ ਕੀਮਤ ਦੇ ਤਾਂ ਉੱਥੇ ਹਾਥੀ ਦੇ ਦੰਦ ਨੇ। ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਜ਼ਿਆਦਾ ਹਾਥੀ ਜਿਹੜੇ ਆ ਜ਼ਿੰਬਾਬਵੇ ਦੇਸ਼ ਦੇ ਵਿੱਚ ਰਹਿੰਦੇ ਹੋਣਗੇ। ਤਾਂ ਜ਼ਿੰਬਾਬਵੇ ਦੇ ਪਾਰਕ ਐਂਡ ਵਾਈਲਡ ਲਾਈਫ ਅਥਾਰਟੀ ਨੇ ਕਨਫਰਮ ਕੀਤੀ ਹੈ, ਖਬਰ ਪੁਸ਼ਟੀ ਉਹਨਾਂ ਦੇ ਵੱਲੋਂ ਹੀ ਕੀਤੀ ਗਈ ਹੈ ਕਿ ਹੁਣ ਜਿਹੜਾ 1,00,000 ਕਰੀਬ ਹਾਥੀ ਜਿਹੜੇ ਆ ਜ਼ਿੰਬਾਬਵੇ ਦੇ ਵਿੱਚ ਰਹਿ ਰਹੇ ਹੈ। ਅਤੇ ਹੁਣ ਇਹਨਾਂ ਨੂੰ ਸੋਕੇ ਤੋਂ ਬਚਣ ਦੇ ਲਈ ਜਿਹੜਾ ਲੋਕਾਂ ਨੂੰ ਹਾਥੀਆਂ ਨੂੰ ਖਵਾਇਆ ਜਾਵੇਗਾ, ਹਾਥੀਆਂ ਦਾ ਮੀਟ ਖਵਾਇਆ ਜਾਵੇਗਾ। ਲੋਕ ਜਿਹੜੇ ਆ ਪਿਛਲੇ ਜੇ ਗੱਲ ਕਰੀਏ ਤਾਂ ਪਹਿਲਾਂ ਲੋਕਾਂ ਦੀ ਮੌਤ ਵੀ ਬਹੁਤ ਸਾਰੀਆਂ ਹੋ ਚੁੱਕੀਆਂ ਨੇ ਜੇ ਗੱਲ ਕਰੀਏ ਭੁੱਖਮਰੀ ਦੇ ਕਰਕੇ। ਤਾਂ ਹੁਣ ਲੋਕਾਂ ਨੂੰ ਰਜਾਉਣ ਦੇ ਲਈ ਇਹ ਜਿਹੜਾ ਮੀਟ ਹੈ ਹਾਥੀਆਂ ਦਾ, ਤਾਂ ਮੀਟ ਨਾਲ ਜਿਹੜਾ ਰਜਾਇਆ ਜਾਵੇਗਾ। ਜੇ ਗੱਲ ਕਰੀਏ ਤਾਂ ਇਹ ਖਬਰ ਸਭ ਤੋਂ ਪਹਿਲਾਂ ਰਾਈਟਰਸ ਨੇ ਸਾਹਮਣੇ ਲਿਆਂਦੀ, ਉਸ ਤੋਂ ਬਾਅਦ ਵਿਦੇਸ਼ੀ ਮੀਡੀਆ ਦੇ ਵਿੱਚ ਪੂਰੀ ਖਬਰ ਫੈਲੀ, ਫਿਰ ਇਹ ਹੁਣ ਕਿਤੇ ਜਾ ਕੇ ਭਾਰਤ ਦੇ ਮੀਡੀਆ ਦੇ ਵਿੱਚ ਵੀ ਖਬਰ ਫੈਲ ਗਈ ਹੈ। ਕਿਉਂਕਿ ਬਹੁਤ ਸਾਰੀ ਦੇਖ ਸਕਦੇ ਹੋ ਤੁਸੀਂ, ਇਹ ਚੀਜ਼ਾਂ ਸਾਨੂੰ ਸਬਕ ਸਿਖਾਉਂਦੀਆਂ ਨੇ ਕਿਵੇਂ ਜਿਹੜਾ ਇਹ ਚੀਜ਼ਾਂ ਹੁੰਦੀਆਂ। ਹਾਲਾਂਕਿ ਜੇ ਗੱਲ ਕਰੀਏ ਜ਼ਿੰਬਾਬਵੇ ਦੇ ਵਿੱਚ ਅਜਿਹੇ ਹਾਲਾਤ ਕਿਉਂ ਬਣੇ, ਤਾਂ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ ਜ਼ਿੰਬਾਬਵੇ ਦੇ ਵਿੱਚ ਇਹ ਕਾਰਨ ਕਿਉਂ ਬਣੇ। ਜ਼ਿੰਬਾਬਵੇ ਦੇ ਵਿੱਚ ਕਲਾਈਮੇਟ ਚੇਂਜ ਦੇ ਕਾਰਨ ਬਣਿਆ। ਉੱਥੇ ਇੱਕ ਐਲਨੀਨੋ ਨਾਂ ਦਾ, ਦੱਸ ਦਈਏ ਕਿ ਐਲਨੀਨੋ ਨਾਂ ਦਾ ਜਿਹੜਾ ਇੱਕ ਉੱਥੇ ਤੂਫਾਨ ਆਇਆ, ਜਿਹਦੇ ਕਰਕੇ ਪੂਰੇ ਦਾ ਪੂਰਾ ਜਿਹੜਾ ਵਰਤਾਰਾ ਇਹ ਹੋ ਰਿਹਾ ਹੈਗਾ। ਤਾਂ ਤੁਹਾਨੂੰ ਦੱਸ ਦਈਏ ਕਿ ਐਲਨੀਨੋ ਕੀ ਹੁੰਦਾ। ਐਲਨੀਨੋ ਜਿਹੜਾ ਇੱਕ ਕਲਾਈਮੇਟ ਚੇਂਜ ਹੈ, ਇੱਕ ਜਲਵਾਯੂ ਜਿਹੜਾ ਸਾਡੇ ਮੌਸਮ ਦਾ ਅਜਿਹਾ ਵਰਤਾਰਾ ਹੈਗਾ, ਫਨੋਮਨਾ ਹੈਗਾ, ਜਿਹਦੇ ਨਾਲ ਸਮੁੰਦਰਾਂ ਦੇ ਵਿੱਚ ਜਿਹੜਾ ਜਿਹੜਾ ਪਾਣੀ ਹੈ ਉਹ ਸੁੱਕਦਾ ਜਾਂਦਾ ਹੈਗਾ, ਅਤੇ ਉਹਦੇ ਨਾਲ ਧਰਤੀ ਗਰਮ ਹੋ ਜਾਂਦੀ ਹੈ। ਧਰਤੀ ਗਰਮ ਹੋਊਗੀ ਤਾਂ ਪਾਣੀ ਆਪਣੇ ਅੰਦਰ ਲੈ ਲੈਂਦੀ ਹੈ, ਤਾਂ ਉਹਦੇ ਕਰਕੇ ਅਜਿਹੀਆਂ ਦਿੱਕਤਾਂ ਆਉਂਦੀਆਂ ਨੇ, ਅਤੇ ਫਿਰ ਉੱਤੇ ਸੋਕਾ ਆਉਂਦਾ। ਖਾਸ ਕਰਕੇ ਇਹ ਧਰਤੀ ਦੇ ਜੇ ਗੱਲ ਕਰੀਏ ਤਾਂ ਜਿਹੜਾ ਪ੍ਰਸ਼ਾਂਤ ਮਹਾਂਸਾਗਰ, ਜੇ ਗੱਲ ਕਰੀਏ ਪ੍ਰਸ਼ਾਂਤ ਮਹਾਂਸਾਗਰ ਦੇ ਵਿੱਚ ਸਮੁੰਦਰ ਦੀ ਸਤਹਿ ਜਿਹੜੀ ਆ ਉਹ ਬਹੁਤ ਥੱਲੇ ਤੱਕ ਜਾ ਚੁੱਕੀ ਹੈਗੀ, ਜਿਹਦੇ ਕਰਕੇ ਪੂਰੀ ਘਟਨਾ ਵਾਪਰੀ। ਅਫਰੀਕਨ ਦੇਸ਼ ਜਿਹੜੇ ਇਹਦੇ ਨਾਲ ਪ੍ਰਭਾਵਿਤ ਹੋਏ, ਅਤੇ ਹੁਣ ਜ਼ਿੰਬਾਬਵੇ ਜਿਹੜਾ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਪਿਆ ਕਿ ਉੱਥੇ 200 ਹਾਥੀ ਜਿਹੜੇ ਹੈ ਵੱਢੇ ਜਾ ਰਹੇ ਨੇ। 200 ਹਾਥੀਆਂ ਨੂੰ ਵੱਢਣ ਦੀ ਜਿਹੜੀ ਆ ਪ੍ਰਵਾਨਗੀ ਦੇ ਦਿੱਤੀ ਹੈਗੀ। 200 ਹਾਥੀ ਵੱਢ ਕੇ 4 ਜ਼ਿਲ੍ਹਿਆਂ ਦੇ ਵਿੱਚ ਮੀਟ ਨਾਲ ਲੋਕਾਂ ਨੂੰ ਰਜਾਇਆ ਜਾਵੇਗਾ, ਤਾਂ ਕਿ ਲੋਕ ਜਿਹੜੇ ਹੈ ਇਹ ਮੀਟ ਖਾ ਕੇ ਆਪਣੀ ਭੁੱਖਮਰੀ ਦੂਰ ਕਰ ਸਕਣ। ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੱਡੀ ਜ਼ਿਆਦਾ ਲੋਕ ਜਿਹੜੇ ਉੱਥੇ ਜੂਝ ਰਹੇ ਹੋਣਗੇ, ਕਿਵੇਂ ਲੋਕ ਉੱਥੇ ਰਹਿ ਰਹੇ ਹੋਣਗੇ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਟ੍ਰੈਜਡੀ ਹੈ, ਇੱਕ ਤ੍ਰਾਸਦੀ ਹੈ। ਭੁੱਖਮਰੀ ਨਾਲ ਜੂਝ ਰਹੇ ਇਸ ਦੇਸ਼ ਦੇ ਵਿੱਚ ਸਰਕਾਰ ਦਾ ਐਡਾ ਵੱਡਾ ਫੈਸਲਾ ਕਿ 200 ਹਾਥੀਆਂ ਨੂੰ ਮਾਰ ਕੇ ਹੁਣ ਰਜਾਉਣਗੇ ਲੋਕਾਂ ਨੂੰ। 7 ਕਰੋੜ ਦੇ ਕਰੀਬ ਕਿਹਾ ਜਾ ਰਿਹਾ ਕਿ ਜਿਹੜਾ 7 ਕਰੋੜ ਦੇ ਕਰੀਬ ਜਿਹੜੇ ਹੈ ਲੋਕ ਉੱਥੇ ਲੋਕਾਂ ਨੂੰ ਖਾਣੇ ਦੀ ਬਿਪਤਾ ਪਈ ਹੈ। ਕਿਉਂਕਿ ਲੋਕ ਜਾਣ ਕਿੱਥੇ, ਲੋਕ ਹੋਰ ਕਿੱਥੇ ਜਾਣ। 6,80,00,000 ਲੋਕ ਜਿਹੜੇ ਆ ਖਾਣੇ ਦੀ ਕਮੀ ਦੇ ਨਾਲ ਉੱਥੇ ਜੂਝ ਰਹੇ ਨੇ, ਜਾਣੀ ਕਿ ਖਾਣ ਨੂੰ ਕੁਝ ਮਿਲ ਹੀ ਨਹੀਂ ਰਿਹਾ। ਇੰਨਾ ਜ਼ਿਆਦਾ ਸੋਕਾ ਆਇਆ ਪਿਆ ਜਿਹਦੇ ਕਰਕੇ ਇਹ ਬੁਰਾ ਹਾਲ ਜਿਹੜਾ ਉੱਥੇ ਹੋਇਆ ਪਿਆ ਹੈਗਾ ਜ਼ਿੰਬਾਬਵੇ ਦੇ ਵਿੱਚ। ਤਾਂ ਐਲਨੀਨੋ ਜਿਹੜਾ, ਦੱਸ ਦਈਏ ਕਿ ਐਲਨੀਨੋ ਇੱਕ ਜਿਹੜਾ ਤੁਹਾਨੂੰ ਦੱਸਿਆ ਕਿ ਵਰਤਾਰਾ ਹੁੰਦਾ, ਇਹ ਐਲਨੀਨੋ ਕੀ ਹੁੰਦਾ, ਜਦੋਂ ਪ੍ਰਸ਼ਾਂਤ ਮਹਾਂਸਾਗਰ ਜਿਹੜਾ ਨਾਲ ਲੱਗਦਾ ਉੱਥੇ ਜਿਹੜਾ ਸਮੁੰਦਰੀ ਸਤਹਿ ਜਿਹੜੀ ਆ ਪਾਣੀ ਉੱਥੇ ਘਟਣ ਲੱਗ ਜਾਂਦਾ। ਕਿਉਂ ਘਟਦਾ, ਇੰਨੀ ਜ਼ਿਆਦਾ ਕਲਾਈਮੇਟ ਚੇਂਜ ਹੋ ਜਾਂਦਾ, ਵਰਤਾਰਾ ਕੁਦਰਤੀ ਇਹੋ ਜਿਹਾ ਵਾਪਰ ਜਾਂਦਾ ਜਿਹਦੇ ਕਰਕੇ ਜਿਹੜਾ ਸਮੁੰਦਰ ਦੀ ਸਤਹਿ ਹੈ ਪ੍ਰਸ਼ਾਂਤ ਮਹਾਂਸਾਗਰ ਜਿਹੜਾ ਉੱਥੋਂ ਦੀ ਜਿਹੜੀ ਸਮੁੰਦਰੀ ਤਲ ਦੀ ਜਿਹੜੀ ਜੇ ਗੱਲ ਕਰੀਏ ਡੂੰਘਾਈ ਹੈ, ਉਹ ਪਾਣੀ ਜਿਹੜਾ ਹੈਗਾ ਸੌਖੇ ਸ਼ਬਦਾਂ 'ਚ ਕਹੀਏ ਕਿ ਪਾਣੀ ਘਟਣ ਲੱਗ ਜਾਂਦਾ, ਅਤੇ ਪਾਣੀ ਘਟੂਗਾ ਤਾਂ ਸੋਕਾ ਪਊਗਾ, ਜੇ ਸੋਕਾ ਪੈ ਗਿਆ ਜ਼ਮੀਨਾਂ ਬੰਜਰ ਹੋ ਗਈਆਂ ਤਾਂ ਉੱਥੇ ਉੱਗੂਗਾ ਕੀ, ਕੁਛ ਨਹੀਂ ਉੱਗਦਾ ਉੱਥੇ। ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ
ਵੱਡੇ ਵੱਡੇ ਧਰਤੀ ਦੇ ਵਿੱਚ ਪਾੜ ਪਏ ਨੇ ਤਾਂ ਇਹ ਧਰਤੀ ਪਾੜੀ ਪਈ ਹੈ ਸੋਕੇ ਦੇ ਨਾਲ। ਤਾਂ ਅਫਰੀਕਨ ਕੰਟਰੀਆਂ ਦੇ ਵਿੱਚ ਅਜਿਹਾ ਕੁਝ ਵਾਪਰਦਾ ਰਹਿੰਦਾ, ਪਰ ਇਸ ਵਾਰ ਜ਼ਿੰਬਾਬਵੇ ਦੇ ਵਿੱਚ ਪਿਛਲੇ 40 ਸਾਲਾਂ ਦੌਰਾਨ ਇਹੋ ਜਿਹਾ ਕੁਝ ਨਹੀਂ ਹੋਇਆ ਸੀ ਜੋ ਹੁਣ ਹੋਇਆ। 40 ਸਾਲਾਂ ਦੌਰਾਨ ਜਿਹੜਾ ਪਹਿਲੀ ਵਾਰ ਇੰਨੀ ਵੱਡੀ ਭੁੱਖਮਰੀ ਆਈ ਹੈ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨਮੀਬੀਆ 'ਚ ਵੀ ਪਿਛਲੇ ਵਾਰ ਜਿਹੜਾ 83 ਹਾਥੀਆਂ ਨੂੰ ਵੱਢਿਆ ਗਿਆ ਸੀ, ਫਿਰ ਕਿਤੇ ਮੀਟ ਖਾਧਾ ਲੋਕਾਂ ਨੇ ਅਤੇ ਫਿਰ ਲੋਕ ਜਿਉਣ ਜੋਗੇ ਹੋਏ। ਤਾਂ ਬਹੁਤ ਵੱਡੀ ਖਬਰ ਹੈ ਦੋਸਤੋ, ਨਾਲ ਸ਼ੇਅਰ ਕਰ ਦਿਆ ਕਰੋ ਇਹੋ ਜਿਹੀ ਖਬਰ ਜਿਹੜੀ ਹੈ, ਕਿਉਂਕਿ ਇਹ ਲੋਕਾਂ ਦੇ ਨਾਲ, ਲੋਕਾਂ ਦੇ ਜੀਵਨ ਦੇ ਨਾਲ ਕੁਦਰਤੀ ਕਰੋਪੀ ਕੀ ਹੁੰਦੀ ਹੈ, ਅਸਲ ਕੁਦਰਤੀ ਕਰੋਪੀ ਇਹ ਹੁੰਦੀ ਹੈ। ਅਸੀਂ ਜੇ ਇੱਥੇ ਹੜ੍ਹ ਆ ਜਾਂਦੇ ਹਾਂ ਤਾਂ ਚੀਕਾਂ ਮਾਰਨ ਲੱਗ ਜਾਂਦੇ ਹਾਂ। ਤੁਸੀਂ ਇੱਥੇ ਦੇਖੋ ਕਿਵੇਂ ਲੋਕ ਰਹਿ ਰਹੇ ਹੋਣਗੇ ਜਿਹੜੇ ਹੁਣ ਹਾਥੀ ਦਾ ਮੀਟ ਖਾਣਗੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜ਼ਿਆਦਾ ਜਿਹੜਾ ਹੈਗਾ ਜ਼ਿੰਬਾਬਵੇ ਦੇ ਵਿੱਚ, ਜੇ ਜ਼ਿਆਦਾ ਗੱਲ ਕਰੀਏ ਪਾਪੂਲੇਸ਼ਨ ਦੀ, ਤਾਂ ਉੱਥੇ ਕ੍ਰਿਸਚਨ ਨੇ, ਕ੍ਰਿਸਚਨ ਪਾਪੂਲੇਸ਼ਨ ਜ਼ਿੰਬਾਬਵੇ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਤਕਰੀਬਨ 70-80% ਲੋਕ ਜਿਹੜੇ ਜ਼ਿੰਬਾਬਵੇ ਦੇ ਵਿੱਚ ਕ੍ਰਿਸਚਨ ਨੇ। ਤਾਂ ਦੱਸ ਦਈਏ ਕਿ ਹੁਣ ਜਿਹੜਾ ਜ਼ਿੰਬਾਬਵੇ ਦੇ ਵਿੱਚ ਐਡਾ ਵੱਡਾ ਫੈਸਲਾ ਲਿਆ ਗਿਆ, ਅਤੇ ਨਾਲ ਹੀ ਇਹ ਸਬਕ ਹੈ, ਇਹ ਸਬਕ ਹੈ ਬਹੁਤ ਸਾਰੇ ਲੋਕਾਂ ਦੇ ਲਈ, ਬਹੁਤ ਸਾਰੇ ਜਿਹੜੇ ਲੋਕ ਸੁਣ ਰਹੇ ਨੇ। ਜੋ ਸੁਣ ਰਹੇ ਹੋ ਤੁਸੀਂ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਿਉਂਕਿ ਅਜਿਹੀਆਂ ਖਬਰਾਂ ਜਿਹੜੀਆਂ ਨੇ ਸਾਨੂੰ ਜ਼ਿੰਦਗੀ ਜਿਉਣ ਦੀ ਸੇਧ ਦਿੰਦੀਆਂ। ਅਸੀਂ ਇੱਥੇ ਪਾਣੀ ਦੇ ਜਿਹੜਾ ਬਚਾਓ, ਜਦੋਂ ਪਾਣੀ ਨੂੰ ਕਹਿੰਦੇ ਹਾਂ ਕਿ ਪਾਣੀ ਨੂੰ ਬਚਾਓ, ਸੇਵ ਵਾਟਰ, ਤਾਂ ਉਦੋਂ ਜਿਹੜਾ ਬਹੁਤ ਸਾਰੇ ਲੋਕ ਇਸ ਗੱਲ ਨੂੰ ਅਣਗੋਲਿਆ ਕਰ ਦਿੰਦੇ ਆ। ਪਰ ਇੱਥੇ ਤੁਸੀਂ ਜਿਹੜਾ ਕੀਮਤ ਪੁੱਛ ਕੇ ਦੇਖੋ ਪਾਣੀ ਦੀ ਕੀ ਹੋਊਗੀ, ਜਿੱਥੇ ਧਰਤੀ ਦੇ ਵਿੱਚ ਵੱਡੇ ਵੱਡੇ ਪਾੜ ਪੈ ਗਏ, ਕੁਛ ਉੱਥੇ ਉੱਗ ਨਹੀਂ ਰਿਹਾ। ਕਿਉਂ? ਕਿਉਂਕਿ ਉੱਥੇ ਸੋਕਾ ਆ ਗਿਆ। ਸੋ ਲੋਕਾਂ ਨੂੰ ਅਕਲ ਵਰਤਣੀ ਚਾਹੀਦੀ ਹੈ ਥੋੜ੍ਹੀ ਬਹੁਤ। ਇਹ ਹੁੰਦੀ ਹੈ ਅਸਲ ਕੁਦਰਤੀ ਕਰੋਪੀ, ਅਲਨੀਨੋ ਕਰਕੇ ਇਹ ਸਾਰਾ ਕੁਝ ਹੋਇਆ। ਅਲਨੀਨੋ ਕੀ ਹੈ? ਇੱਕ ਜਲਵਾਯੂ, ਇੱਕ ਮੌਸਮ ਦਾ ਜਿਹੜਾ ਚੇਂਜ ਹੋਣਾ, ਮੌਸਮ ਚੇਂਜ ਹੁੰਦਾ ਤਾਂ ਉਸ ਸਮੇਂ ਦਾ ਵਰਤਾਰਾ, ਮੌਸਮ ਦਾ ਅਜਿਹਾ ਵਰਤਾਰਾ ਜਿਹਦੇ ਕਰਕੇ ਜਿਹੜਾ ਧਰਤੀ ਗਰਮ ਹੋਣ ਲੱਗ ਜਾਂਦੀ ਹੈ ਉਸ ਏਰੀਏ ਦੀ। ਪ੍ਰਸ਼ਾਂਤ ਮਹਾਸਾਗਰ ਕਿੰਨੀ, ਖਾਸ ਕਰਕੇ ਜਿਹੜੇ ਅਫਰੀਕਨ ਦੇਸ਼ਾਂ ਦੇ ਨਾਲ ਲੱਗਦਾ, ਉੱਥੇ ਇਹ ਸਮੱਸਿਆ ਬਹੁਤ ਵਾਰ ਆਉਂਦੀ ਰਹਿੰਦੀ ਹੈ। ਪਿਛਲੀ ਵਾਰ ਅਲਮੀਬੀਆ ਦੇ ਵਿੱਚ 83 ਹਾਥੀ ਵੱਢੇ, ਫਿਰ ਕਿਤੇ ਲੋਕ ਜਾ ਕੇ ਰੱਜੇ, ਕਿਉਂਕਿ ਉੱਥੇ ਹਾਥੀ ਜਿਹੜੇ ਬਹੁਤ ਵੱਡੇ ਆ। ਪੂਰੇ ਦੁਨੀਆ ਦੇ ਵਿੱਚ ਜ਼ਿੰਬਾਬਵੇ ਦਾ ਨੰਬਰ 2 ਆਉਂਦਾ ਹਾਥੀਆਂ ਦੇ ਵਿੱਚ, ਤਕਰੀਬਨ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਹਾਥੀ ਹੈ। ਅਤੇ ਨਾਲ ਹੀ 5,000 ਕਰੋੜ ਰੁਪਇਆ ਉਹਨਾਂ ਦੇ ਕੋਲ ਹਾਥੀ ਦੇ ਦੰਦਾਂ ਦੀ ਕੀਮਤ ਦਾ ਹੈਗਾ। ਤਾਂ ਹਿਸਾਬ ਲਾ ਲਓ ਹੁਣ ਕਿੰਨੇ ਉੱਥੇ ਹਾਥੀ ਜਿਹੜੇ ਆ ਹੋਣਗੇ। ਤਾਂ ਅਜਿਹਾ ਵੀ ਕਿਹਾ ਹੈਗਾ ਪਾਰਕ, ਜ਼ਿੰਬਾਬਵੇ ਪਾਰਕ ਐਂਡ ਵਰਲਡ